ਹੁਣ ਸਰੀ ਤੋਂ ਆ ਜਾ ਕੈਨੇਡਾ ਤੋਂ ਟਿਕਟ ਕਟਾ ਕੇ ਲੈ ਆਪਾਂ ਕਰ ਲੈਣੇ ਦਿਖਾਣਾ, ਨਾ ਤੈਨੂੰ ਬਿਗ ਬੌਸ ਚ ਭੇਜਿਆ ਤਾਂ ਕਹਿ ਨਹੀਂ। ਗੱਲਾਂ ਤਾਂ ਉਹ ਇਦਾਂ ਕਰਦਾ ਸੀਗਾ ਬਿਗ ਬੌਸ ਦੇ ਵਿੱਚ ਭੇਜਣ ਦੇ ਨਾਲ ਜਿਵੇਂ ਸਲਮਾਨ ਖਾਨ ਉਹਦਾ ਮਾਮਾ ਲੱਗਦਾ ਹੁੰਦਾ। ਮੈਂ ਹਜ਼ਾਰੇ ਵਾਂਗੂ ਜੰਤਰ ਮੰਤਰ ਚ ਦਿੱਲੀ ਧਰਨਾ ਲਾਉਣਾ ਮਨਜ਼ੂਰ, ਤੈਨੂੰ ਬਿਗ ਬੌਸ ਚ ਭੇਜੂ। ਜੰਤਰ ਮੰਤਰ ਦੇ ਵਿੱਚ ਕਮਲਿਆ ਧਰਨਾ ਤਾਂ ਤੂੰ ਲਾ ਲੇਗਾ ਜਾ ਕੇ, ਕਿਤੇ ਰਾਮਦੇਵ ਵਾਲੀ ਨਾ ਕਰਾ ਲਈ। ਰੁੱਤ ਜੱਟਾਂ ਦੀ ਇਹ ਚੱਲਦੀ ਆ ਸਿਰ ਖੁਰਕਣ ਦੀ ਵੇਲ ਨਹੀਂ। ਉਹ ਤਾਂ ਕਹਿੰਦੇ ਧਿਆਨ ਭੰਗ ਕਰਤਾ ਕਹਿੰਦੇ ਰੰਧਾਵੇ ਦਾ, ਵੀ ਦੱਸੋ ਕੀ ਉਹ ਜਹਾਜ਼ਾਂ ਦੇ ਪੁਰਜੇ ਬਣਾਉਂਦਾ ਸੀ। ਵੀ ਜਿਵੇਂ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਮਸ਼ਹੂਰ ਸੀ, ਮੈਂ ਉਵੇਂ ਕਰਨਾ ਚਾਹੁੰਦਾ ਸੀ। ਮੈਂ ਮੰਨ ਲਓ ਵੀ ਸਦੀਕ ਹੁਣ ਵੋਟਾਂ ਕਿੰਨੀ ਹੋ ਗਿਆ, ਮੈਂ ਸਦੀਕ ਬਣਨਾ ਚਾਹੁੰਦਾ ਸੀ। ਕਿੰਨੀ ਹਾਸੇ ਵਾਲੀ ਗੱਲ ਆ ਦੇਖੋ, ਗਾਉਣਾ ਆਉਂਦਾ ਨਹੀਂ ਬੰਦੇ ਨੂੰ ਤੇ ਕਹਿੰਦਾ ਮੈਂ ਮੁਹੰਮਦ ਸਦੀਕ ਬਣਨਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦੀ ਹਾਂ, ਜਿਹੜੇ ਮੈਨੂੰ ਕਹਿੰਦੇ ਆ ਵੀ ਮੈਂ ਫੇਮਸ ਹੋਣ ਦੇ ਲਈ ਆਪਣੇ ਲਾਈਕਸ ਵਧਾਉਣ ਦੇ ਲਈ ਕਹਿੰਦੇ ਰੰਧਾਵੇ ਨਾਲ ਪੰਗਾ ਲਿਆ, ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ, ਜਿਹੜੇ ਤੁਸੀਂ ਮੈਨੂੰ ਕਹਿੰਦੇ ਆ ਮੈਂ ਪਹਿਲਾਂ ਫੇਮਸ ਨਹੀਂ ਸੀ, ਮੈਂ ਤਾਂ ਆਲਰੇਡੀ ਫੇਮਸ ਹਾਂ, ਮੈਂ ਤਾਂ ਆਲਰੇਡੀ ਮਸ਼ਹੂਰ ਹਾਂ। ਇੱਥੇ ਤਾਂ ਲੋਕ ਮੈਨੂੰ ਸਾਰੇ ਜਾਣਦੇ ਆ, ਉਹ ਗੱਲ ਵੱਖਰੀ ਆ। ਆਪਾਂ ਇੰਡੀਆ ਦੇ ਕਈ ਵਾਰ ਟੀ ਵੀ ਚੈਨਲਾਂ ਦੇ ਉੱਤੇ ਆਪਣੇ ਸੌਂਗ ਨਹੀਂ ਲਾਉਂਦੇ, ਮੇਰੇ 4 ਸੌਂਗ ਆ ਚੁੱਕੇ ਆ। ਪਹਿਲਾਂ ਮੇਰਾ ਸੌਂਗ ਆਇਆ ਮੈਨੂੰ ਚੜ੍ਹਿਆ ਸਰੂਰ, ਉਸ ਤੋਂ ਬਾਅਦ ਮੇਰਾ ਸੌਂਗ ਆਇਆ ਵਾਰਨਿੰਗ, ਫਿਰ ਆਇਆ ਬੰਦੂਕ, ਅਤੇ ਉਸ ਤੋਂ ਬਾਅਦ ਆਇਆ ਮਿੱਠੀਆਂ ਸੌਂਗ, ਅਤੇ 4-5 ਸੌਂਗ ਮੇਰੇ ਨਵੇਂ ਆ ਰਹੇ, ਹਾਲੇ ਸਟੂਡੀਓ ਦੇ ਵਿੱਚ ਬਣ ਰਹੇ ਆ। ਤੁਸੀਂ ਦੱਸੋ ਮੈਂ ਪਹਿਲਾਂ ਮਸ਼ਹੂਰ ਨਹੀਂ, ਮੈਂ ਤਾਂ ਪਹਿਲਾਂ ਹੀ ਮਸ਼ਹੂਰ ਹਾਂ, ਮੈਨੂੰ ਕੀ ਲੋੜ ਪਈ ਆ ਕਿ ਮੈਂ ਰੰਧਾਵੇ ਨਾਲ ਮੱਛੀ ਵਾਲੇ ਦੇ ਨਾਲ ਪੰਗਾ ਲਿਆ। ਉਹ ਤਾਂ ਮੈਂ ਉਹਦੀ ਵੀਡੀਓ ਦੇ ਜਵਾਬ ਤਾਂ ਦਿੱਤਾ ਸੀਗਾ, ਫੇਸਬੁੱਕ 'ਤੇ ਬੈਠਾ ਉਹ ਪੰਪ ਮਾਰੀ ਜਾਂਦਾ ਸੀ, ਉਹ ਕਰੀ ਜਾਂਦਾ ਸੀਗਾ ਕਿ ਮੈਂ ਕਹਿੰਦਾ ਸੀ ਬਿੱਗ ਬੌਸ ਦੇ ਵਿੱਚ ਭੇਜੂੰਗਾ ਜਿਹੜੀ ਕੁੜੀ ਮੇਰੇ ਨਾਲ ਗਾਊਗੀ। ਗੱਲਾਂ ਤਾਂ ਉਹ ਇੱਦਾਂ ਕਰਦਾ ਸੀਗਾ ਬਿੱਗ ਬੌਸ ਦੇ ਵਿੱਚ ਭੇਜਣ ਦੀਆਂ ਜਿਵੇਂ ਸਲਮਾਨ ਖਾਨ ਉਹਦਾ ਮਾਮਾ ਲੱਗਦਾ ਹੁੰਦਾ। ਹੁਣ ਫਿਰ ਕਹੀ ਜਾਂਦਾ ਹੁਣ ਮੁੱਕਰ ਵੀ ਗਿਆ, ਪਹਿਲਾਂ ਉਹਨੇ ਕਿਹਾ ਕਿ ਨਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਵੀਡੀਓ ਦੇ ਵਿੱਚ ਕਿ ਮੈਂ ਬਿੱਗ ਬੌਸ ਦੇ ਵਿੱਚ ਭੇਜੂੰਗਾ ਜਿਹੜੀ ਕੁੜੀ ਮੇਰੇ ਨਾਲ ਗਾਊਗੀ। ਹੁਣ ਕਹਿੰਦਾ ਮੈਨੂੰ ਕਹਿੰਦਾ ਭਾਵੇਂ ਧਰਨਾ ਨਾ ਲਾਉਣਾ ਪਵੇ, ਕਹਿੰਦਾ ਜੰਤਰ ਮੰਤਰ ਦੇ ਵਿੱਚ ਜਾ ਕੇ, ਜੰਤਰ ਮੰਤਰ ਦੇ ਵਿੱਚ ਕਮਲਿਆ ਧਰਨਾ ਤਾਂ ਤੂੰ ਲਾ ਲੇਗਾ ਜਾ ਕੇ, ਕਿਤੇ ਰਾਮਦੇਵ ਵਾਲੀ ਨਾ ਕਰਾ ਲਈ। ਤੈਨੂੰ ਪਤਾ ਰਾਮਦੇਵ ਨਾਲ ਕੀ ਹੋਈ ਸੀ, ਕਿਹੜੇ ਕੱਪੜੇ ਪਾ ਕੇ ਨਿਕਲਿਆ ਸੀ, ਤੇਰੇ ਨਾਲ ਵੀ ਇੱਦਾਂ ਹੀ ਹੋਣੀ ਆ, ਦੇਖ ਲਈ ਤੂੰ, ਜਾਂ ਬਹਿ ਜਾ ਕੇ ਜੰਤਰ ਮੰਤਰ 'ਚ ਲਾ ਲਾ ਧਰਨਾ। ਜੇ ਉਹ ਬਿੱਗ ਬੌਸ ਦੇ ਵਿੱਚ ਇੰਨੀ ਉਹਦੀ ਚੱਲਦੀ ਹੁੰਦੀ ਫਿਰ ਉਹ ਧਰਨੇ ਦੀਆਂ ਗੱਲਾਂ ਨਾ ਕਰਦਾ, ਉਹ ਸਿਰਫ ਗੱਪ ਮਾਰਨ ਜੋਗਾ ਹੀ ਆ। ਤੁਸੀਂ ਦੇਖਿਆ ਹੁਣ ਉਹ ਲਾਈਵ ਹੋਇਆ, ਪਹਿਲਾਂ ਵਾਲੀ ਗੱਲ ਨਹੀਂ ਰਹੀ ਉਹਦੇ 'ਚ, ਜਦੋਂ ਦਾ ਉਹਦਾ ਮੇਰੇ ਨਾਲ ਪੇਚਾ ਪਿਆ, ਜਦੋਂ ਦਾ ਮੇਰੇ ਨਾਲ ਮੈਚ ਪਿਆ, ਜਦੋਂ ਦੀ ਉਹਦੀ ਲੜਾਈ ਹੋਈ ਆ, ਉਹ ਲਾਈਵ ਹੋਇਆ ਇੱਕ ਦਿਨ ਹੋਇਆ, ਉਹ ਵੀ ਪਤਾ ਨਹੀਂ ਕਿਵੇਂ ਲਾਈਵ ਹੋ ਗਿਆ। ਪਹਿਲਾਂ ਉਹ 3 ਵਾਰ ਲਾਈਵ ਹੁੰਦਾ ਸੀ ਦਿਨ 'ਚ, ਸਵੇਰੇ ਵੀ ਲਾਈਵ, ਦੁਪਹਿਰੇ ਵੀ ਲਾਈਵ, ਸ਼ਾਮ ਨੂੰ ਵੀ ਲਾਈਵ, ਇੱਕੋ ਵਾਰ ਲਾਈਵ ਹੋਇਆ ਹੁਣ ਉਹ, ਉਹ ਵੀ ਪਤਾ ਨਹੀਂ ਕਿੱਦਾਂ ਕਿਸੇ ਨੇ ਕਹਿ ਕਹਾ ਕੇ ਉਹਨੂੰ ਲਾਈਵ ਕਰਤਾ, ਉਹ ਤੋਂ ਬਾਅਦ ਤਾਂ ਫੇਸਬੁੱਕ ਛੱਡ ਕੇ ਭੱਜ ਗਿਆ। ਦੇਖਿਆ ਝੂਠ ਬੋਲਦਾ ਸੀ ਤਾਂ ਹੀ ਉਹ ਲਾਈਵ ਨਹੀਂ ਹੋਇਆ। ਜਿਹੜੀ ਗੱਲ ਤੁਸੀਂ ਇੱਕ ਹੋਰ ਕਹਿ ਰਹੇ ਹੋ ਮੈਨੂੰ, ਕਹਿੰਦੇ ਆ ਕਿ ਤੂੰ ਉਹਦਾ ਕਹਿੰਦੇ ਧਿਆਨ ਭੰਗ ਕਰਤਾ ਕਹਿੰਦੇ ਰੰਧਾਵੇ ਦਾ, ਵੀ ਦੱਸੋ ਕੀ ਉਹ ਜਹਾਜ਼ਾਂ ਦੇ ਪੁਰਜੇ ਬਣਾਉਂਦਾ ਸੀ ਵੀ ਜਿਹੜਾ ਮੈਂ ਉਹਦਾ ਧਿਆਨ ਭੰਗ ਕਰਤਾ। ਮੈਨੂੰ ਬਹੁਤ ਮੈਸੇਜ ਆਉਂਦੇ ਆ ਐਡਮਿੰਟਨ ਤੋਂ, ਟੋਰਾਂਟੋ ਤੋਂ, ਇੰਡੀਆ ਤੋਂ ਵੀ ਆਈ ਜਾਂਦੇ, ਕਹਿੰਦੇ ਜੀ ਉਹ ਚੰਗਾ ਭਲਾ ਕਹਿੰਦੇ ਪੋਸਟਾਂ ਪਾਈ ਜਾਂਦਾ ਸੀ, ਆਪਦਾ ਕੰਮ ਕਰੀ ਜਾਂਦਾ ਸੀਗਾ, ਕਹਿੰਦੇ ਤੁਸੀਂ ਕਹਿੰਦੇ ਉਹਦਾ ਧਿਆਨ ਭੰਗ ਕਰਕੇ ਰੱਖਤਾ। ਮੈਂ ਧਿਆਨ ਭੰਗ ਕਰਨ ਨੂੰ ਉਹਨੇ ਸਮਾਧੀ ਲਾਈ ਵੀ ਸੀ ਕਿ ਜਾਂ ਫਿਰ ਉਹ ਜਹਾਜ਼ਾਂ ਦੇ ਪੁਰਜੇ ਬਣਾਉਂਦਾ ਸੀਗਾ, ਜਾਂ ਫਿਰ ਉਹ ਵਿਗਿਆਨੀ ਸੀਗਾ ਵੀ ਉਹ ਜਿਹੜਾ ਨਾਸਾ ਦੇ ਵਿੱਚ ਬੰਦੇ ਭੇਜਦਾ ਸੀ, ਹੁਣ ਉਹਦੇ ਮੇਰੀ ਉਹ ਪੋਸਟਾਂ ਪਾਉਣ ਨਾਲ ਬੰਦੇ ਭੇਜਣੋਂ ਰਹਿ ਗਏ। ਦੱਸੋ ਤੁਸੀਂ ਮੈਨੂੰ ਸਾਰੇ ਜਾਣੇ, ਤੁਸੀਂ ਸਾਰੇ ਜਾਣੇ ਮੇਰੇ ਨਾਲ ਤਾਂ ਲੜੀ ਜਾਂਦੇ ਆ, ਮੈਨੂੰ ਤਾਂ ਕਹੀ ਜਾਂਦੇ ਆ ਸਾਰੇ ਜਾਣੇ ਵੀ ਤੂੰ ਉਹਨੂੰ ਇੱਦਾਂ ਕਹਿਤਾ ਉੱਦਾਂ ਕਹਿਤਾ, ਪਹਿਲਾਂ ਉਹਦੀਆਂ ਗੱਲਾਂ 'ਤੇ ਤਾਂ ਗੌਰ ਕਰੋ, ਉਹ ਕਿੰਨੇ ਝੂਠ ਬੋਲੀ ਜਾਂਦਾ ਫੇਸਬੁੱਕ 'ਤੇ ਬੈਠ ਕੇ। ਪਹਿਲਾਂ ਉਹਨੇ ਕਿਹਾ ਤੁਹਾਡੇ ਸਾਹਮਣੇ ਸਾਰਿਆਂ ਦੇ, ਪਹਿਲਾਂ ਉਹਨੇ ਪੋਸਟ ਪਾਈ ਆ ਜਿਹਦੇ ਵਿੱਚ ਉਹਨੇ ਕਿਹਾ ਕਹਿੰਦਾ ਮੈਨੂੰ ਸਿਰਫ ਗਾਉਣ ਵਾਲੀ ਕੁੜੀ ਚਾਹੀਦੀ ਆ, ਬਾਕੀ ਦਾ ਕਹਿੰਦਾ ਖਰਚਾ ਮੇਰਾ। ਹੁਣ ਉਹ ਆਖੀ ਜਾਂਦਾ ਕਹਿੰਦਾ ਪੈਸੇ ਆਪਦੇ ਨਾਲ ਲੈ ਕੇ ਆਈ, ਪਹਿਲਾਂ ਉਹ ਕਹਿੰਦਾ ਸਾਰੇ ਰਾਈਟਰ ਮਿਊਜ਼ਿਕ ਡਾਇਰੈਕਟਰ ਕਹਿੰਦਾ ਸਾਰੇ ਮੇਰੇ ਦੋਸਤ ਆ, ਹੁਣ ਉਹ ਕਹਿ ਰਿਹਾ ਕਹਿੰਦਾ ਆਪਦੇ ਪੈਸੇ ਨਾਲ ਲੈ ਕੇ। ਦੱਸੋ ਮੈਨੂੰ ਕਿਹੜੀ ਗੱਲ ਦਾ ਯਕੀਨ ਕਰਾਂ, ਮੇਰਾ ਵੀ ਕੀ ਕਸੂਰ ਆ, ਮੈਨੂੰ ਤੁਸੀਂ ਕਹੀ ਜਾਂਦੇ ਆ ਸਾਰੇ ਜਾਣੇ, ਮੈਨੂੰ ਮੈਸੇਜ ਆਈ ਜਾਂਦੇ ਆ, ਮੇਰੀ ਤੁਸੀਂ ਸਪੋਰਟ ਨਹੀਂ ਕਰਦੇ, ਮੱਸੀ ਵਾਲੇ ਦੇ ਸਾਰੇ ਜਾਣੇ ਸਪੋਰਟ ਕਰੀ ਜਾਂਦੇ ਆ। ਸੱਚੀ ਗੱਲ, ਹਾਂਜੀ ਅੱਛਾ ਜੀ ਆਹ ਕਹਿੰਦੇ, ਪਹਿਲੀ ਗੱਲ ਤਾਂ ਮੈਂ ਇਹਨਾਂ ਦੇ ਕਮੈਂਟ ਦਾ ਜਵਾਬ ਦੇਵਾਂ, ਸੱਚੀ ਗੱਲ ਇਹ ਆ ਕਹਿੰਦੇ ਤੈਨੂੰ ਮੁੰਡੇ ਨਾਲ ਪਿਆਰ ਹੋ ਗਿਆ ਲੱਗਦਾ। ਆਹ ਮੇਰੀ ਗੱਲ ਸੁਣ ਲਓ ਤੁਸੀਂ ਜਿਨ੍ਹਾਂ ਨੇ ਇਹ ਕਮੈਂਟ ਕੀਤਾ ਅਤੇ ਹੋਰ ਵੀ ਜਿਹੜੇ ਜਾਣ ਵੀ ਮੈਨੂੰ ਵਾਚ ਕਰਦੇ, ਨਾ ਪਿਆਰ ਹੋਣ ਨੂੰ ਉਹ ਦਲਜੀਤ ਦਸਾਂ ਜਾਂ ਕਿ ਸਿੱਧੂ ਮੂਸੇਵਾਲਾ, ਗਾਉਣਾ ਉਹਨੂੰ ਨਹੀਂ ਆਉਂਦਾ, ਝੂਠ ਉਹ ਬੋਲੀ ਜਾਂਦਾ ਮੋਟਰ 'ਤੇ ਬੈਠ ਕੇ, ਪਿਆਰ ਕਰਨ ਨੂੰ ਕਿਤੇ ਹੋਏਗਾ ਦਲਜੀਤ ਦਸਾਂ, ਵੀ ਮੈਨੂੰ ਜਿਹੜਾ ਉਹਦੇ ਨਾਲ ਪਿਆਰ ਹੋ ਗਿਆ। ਉਹਨੇ ਉਹਨੇ ਪੋਸਟ ਪਾਈ ਆ, ਸਭ ਤੋਂ ਪਹਿਲਾਂ ਪੰਗਾ ਮੈਂ ਨਹੀਂ ਲਿਆ, ਪੰਗਾ ਉਹਨੇ ਲਿਆ, ਪੋਸਟ ਉਹਨੇ ਪਾਈ ਆ, ਮੈਂ ਤਾਂ ਉਹਦੇ ਪੋਸਟ ਦਾ ਰਿਪਲਾਈ ਕੀਤਾ, ਮੈਂ ਤਾਂ ਉਹਨੂੰ ਜਵਾਬ ਦਿੱਤਾ ਕਿ ਭਾਈ ਇੱਦਾਂ ਨਹੀਂ ਬਿੱਗ ਬੌਸ ਦੇ ਵਿੱਚ ਪਹੁੰਚਿਆ ਪਹੁੰਚਾਇਆ ਜਾਂਦਾ ਕਿਸੇ ਨੂੰ।
ਰਜਿੰਦਰ ਸਿੰਘ ਕਹਿ ਰਹੇ ਆ ਫ੍ਰੀ ਹੋ ਤੁਸੀਂ ਸਾਰੇ। ਨਹੀਂ ਜੀ ਅਸੀਂ ਫ੍ਰੀ ਨਹੀਂ, ਮੈਂ ਕੰਮ ਤੋਂ ਆਈ ਹਾਂ। ਮੱਸੀ ਵਾਲੇ ਦਾ ਮੈਨੂੰ ਪਤਾ ਨਹੀਂ ਹੈਗਾ, ਉਹ ਜ਼ਰੂਰ ਫ੍ਰੀ ਆ। 3 ਵੇਲੇ ਲਾਈਵ ਹੁੰਦਾ ਜਿਹੜਾ, ਮੋਟਰ 'ਤੇ ਖੜ੍ਹ ਕੇ ਸਵੇਰੇ ਵੀ ਲਾਈਵ, ਦੁਪਹਿਰੇ ਵੀ ਲਾਈਵ, ਸ਼ਾਮ ਨੂੰ ਵੀ ਲਾਈਵ। ਪਰ ਮੈਂ ਫ੍ਰੀ ਨਹੀਂ, ਮੈਂ ਆਪਣੇ ਕੰਮ ਤੋਂ ਆਈ, ਮੈਂ ਆਪਣਾ ਕੰਮ ਕਰਕੇ ਆਈ ਹਾਂ, ਮੈਂ ਸ਼ਿਫਟ ਲਾ ਕੇ ਆਈ ਹਾਂ, ਮੈਂ ਫ੍ਰੀ ਨਹੀਂ ਹੈਗੀ। ਹੁਣ ਤੁਸੀਂ ਦੇਖੋ ਰਾਤ ਦੇ ਤਕਰੀਬਨ 12 ਵੱਜਣ ਵਾਲੇ ਆ, ਮੈਂ ਹੁਣ ਲਾਈਵ ਹੋਈ ਹਾਂ। ਆਪਣੇ ਮੈਂ ਕੰਮ ਕਰਕੇ ਮੈਂ 8 ਘੰਟੇ ਦੀ ਸ਼ਿਫਟ ਲਾ ਕੇ ਆਈ ਹਾਂ। ਅਤੇ ਸਤਿੰਦਰਪਾਲ ਸ਼ਰਮਾ ਜੀ ਕਹਿ ਰਹੇ ਬਾਕੀ ਤੁਹਾਡਾ ਕਸੂਰ ਨਹੀਂ, ਪੰਜਾਬੀਆਂ ਦੀ ਸੋਚ ਹੀ ਐਸੀ ਹੋ ਗਈ ਹੈ ਕਿ ਕੋਈ ਵੀ ਉੱਠ ਕੇ ਕਹਿ ਦਿੰਦਾ ਮੈਂ ਕਲਾਕਾਰ ਹਾਂ, ਬਸ ਉਹਦੇ ਪਿੱਛੇ ਲੱਗ ਜਾਂਦੇ ਆ। ਹਾਂਜੀ ਤੁਸੀਂ ਦੇਖ ਲਓ ਫਿਰ ਮੱਸੀ ਵਾਲਾ ਤੁਹਾਨੂੰ ਕਿੱਡਾ ਕੁ ਵੱਡਾ ਕਲਾਕਾਰ ਲੱਗਦਾ, ਜਿਹੜਾ ਤੁਸੀਂ ਮੈਨੂੰ ਕਹੀ ਜਾਂਦੇ ਆ ਕਿ ਤੂੰ ਮਸ਼ਹੂਰ ਹੋਣ ਦਾ ਕਰਕੇ ਕਹਿੰਦੇ ਉਹਦੇ 'ਤੇ ਪੋਸਟਾਂ ਪਾਈਆਂ, ਤੁਸੀਂ ਹੋਏ ਹੋ ਮਸ਼ਹੂਰ ਜਿਹੜੇ ਮੈਨੂੰ ਇੱਦਾਂ ਕਹਿੰਦੇ ਆ। ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ, ਮੈਂ ਸਿਰਫ ਉਹਨਾਂ ਨੂੰ ਕਹਿ ਰਹੀ ਹਾਂ ਜਿਹੜੇ ਮੈਨੂੰ ਕਹਿ ਰਹੇ ਆ ਕਿ ਤੂੰ ਮਸ਼ਹੂਰ ਹੋਣ ਦਾ ਕਰਕੇ ਪੋਸਟ ਪਾਈ ਹੈ। ਤੁਸੀਂ ਹੋਏ ਹੋ ਮਸ਼ਹੂਰ, ਤੁਹਾਡੇ ਤਾਂ ਕੋਲੇ ਬੈਠਾ, ਤੁਸੀਂ ਕਰ ਲਓ ਉਹਦੇ ਨਾਲ ਗੀਤ। ਜੇ ਤੁਹਾਨੂੰ ਲੱਗਦਾ ਰੰਧਾਵੇ ਨਾਲ ਗੀਤ ਕਰਕੇ ਕੋਈ ਬੰਦਾ ਮਸ਼ਹੂਰ ਹੋ ਜਾਂਦਾ ਤਾਂ ਤੁਸੀਂ ਕਦੋਂ ਨਹੀਂ ਕਰਦੇ, ਤੁਸੀਂ ਕਰ ਲਓ। ਮਸ਼ਹੂਰ ਹੋਣਾ ਕੌਣ ਨਹੀਂ ਮੰਗਦਾ, ਹਰੇਕ ਬੰਦਾ ਮਸ਼ਹੂਰ ਹੋਣਾ ਮੰਗਦਾ ਨਾ। ਪਰ ਮੇਰਾ ਕੋਈ ਮਸ਼ਹੂਰ ਹੋਣਾ ਮਕਸਦ ਨਹੀਂ ਸੀਗਾ ਉਹਦੀ ਪੋਸਟ ਪਾ ਕੇ, ਉਹ ਤਾਂ ਉਹਨੇ ਪੋਸਟ ਪਾਈ ਆ, ਮੈਂ ਉਹਦਾ ਰਿਪਲਾਈ ਕੀਤਾ, ਉਹਨੇ ਕਿਹਾ ਹੈ ਪਹਿਲੀ ਪੋਸਟ ਦੇ ਵਿੱਚ। ਫਿਰ ਉਹ ਕਹਿੰਦਾ ਮੈਂ ਮੁਹੰਮਦ ਸਦੀਕ ਬਣਨਾ ਚਾਹੁੰਦਾ। ਕਿੰਨੀ ਹਾਸੇ ਵਾਲੀ ਗੱਲ ਆ, ਦੇਖੋ ਗਾਉਣਾ ਆਉਂਦਾ ਨਹੀਂ ਬੰਦੇ ਨੂੰ ਅਤੇ ਕਹਿੰਦਾ ਮੈਂ ਮੁਹੰਮਦ ਸਦੀਕ ਬਣਨਾ ਚਾਹੁੰਦਾ। ਇੱਦਾਂ ਨਹੀਂ ਮੁਹੰਮਦ ਸਦੀਕ ਬਣਿਆ ਜਾਂਦਾ ਮੱਸੀ ਵਾਲਿਆ, ਜਿੱਦਾਂ ਤੂੰ ਬਣਨਾ ਮੰਗਦਾ। ਹਾਂਜੀ ਰਜਿੰਦਰ ਸਿੰਘ ਕਹਿ ਰਿਹਾ ਲਿੰਕ ਦਿਓ ਸੌਂਗ ਦੇ ਜਿਹੜੇ ਤੁਸੀਂ ਗਾਏ ਆ। ਹਾਂਜੀ ਮੇਰਾ ਨਾ ਤੁਸੀਂ ਉੱਥੇ ਯੂਟਿਊਬ ਦੇ ਉੱਤੇ ਸੈਮੀ ਧਾਲੀਵਾਲ ਪਾ ਕੇ ਕੱਢੋ ਜੀ ਮੇਰੇ ਸੌਂਗ। ਮੈਨੂੰ ਚੜ੍ਹਿਆ ਸਰੂਰ, ਵਾਰਨਿੰਗ, ਬੰਦੂਕ, ਮਿੱਠੀਆਂ ਸਾਰੇ ਸੌਂਗ ਮੇਰੇ ਨਿਕਲ ਆਉਣਗੇ, ਫਿਰ ਤੁਸੀਂ ਦੇਖ ਲਿਓ। ਮੈਨੂੰ ਉਹਦੇ ਨਾਲ ਪੰਗਾ ਲੈ ਕੇ ਮਸ਼ਹੂਰ ਹੋਣ ਦੀ ਕੀ ਲੋੜ ਹੈ, ਮੈਂ ਤਾਂ ਆਲਰੇਡੀ ਮਸ਼ਹੂਰ ਹਾਂ।